ਮਹੀ ਆਵੇ ਨਾ ਆਵੇ ਬੇ ਸ਼ੱਕ ਪਵੇ ਮਹੀ ਆਵੇ ਨਾ ਆਵੇ ਬੇ ਸ਼ੱਕ ਪਵੇ ਚਾਰੂ ਰਸਤੇ ਮਹਿਬੂਬ ਵਿੱਚ ਦੇਂਦਾ ਰੋ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਵਿਊਜ਼ ਮੈਂ ਰਿਜ਼ਵਾਨ ਸੁਲਤਾਨ ਵੈਲਕਮ ਕਰਨਾ ਚਾਹੁੰਦਾ ਆਪਣੇ ਚੈਨਲ ਦੇਸ਼ ਤੋਂ ਪ੍ਰਦੇਸ਼ ਵਿੱਚ ਸਮਿਤੀ ਆ ਜੀ ਮਾੜੇ ਨਾਲ ਅੱਜ ਆਜ਼ਾਦ ਕਸ਼ਮੀਰ ਅਤੇ ਖਿੱਤਾ ਪਠਵਾਰ ਨੇ ਜਾਣੇ ਪਛਾਣੇ ਦਾ ਨਾਮੀ ਸ਼ੇਰ ਖਵਾਨ ਰਾਜਾ ਫੀਜ਼ ਬਾਬਰ ਸਾਹਿਬ ਜਿਨ੍ਹਾਂ ਨੂੰ ਤੋਤੀ ਅੱਜ ਹਰ ਉਸ ਜਗ੍ਹਾ ਬੋਲਣਾ ਵੈ ਜਿੱਥੇ ਵੀ ਇਹ ਜਿਹੜੀ ਜ਼ੁਬਾਨ ਮੈਂ ਬੋਲੀ ਰਿਹਾ ਉਹ ਸਮਝਣੇ ਜਿਹੜੇ ਬੰਦੇ ਅਤੇ ਜਾਂ ਜਿਹੜੇ ਇਸ ਕਰੀਬ ਬਹਤਰੀਨ ਪੰਜਾਬੀ ਆ ਹੀ ਸਕਦੇ ਜੋ ਵੀ ਜ਼ਬਾਨਾਂ ਇਹ ਸਾਰੇ ਪਠਵਾਰੀ ਜ਼ਬਾਨ ਨਾਲ ਮਿਲਣੀਆਂ ਜੁਲਣੀਆਂ ਮੀਰਪੁਰੀ ਜ਼ਬਾਨ ਨਾਲ ਉਹ ਬੰਦੇ ਰਾਜਾ ਫੀਜ਼ ਬਾਬਰ ਸਾਹਿਬ ਨਾਲ ਨਾਂ ਕਿਨੋ ਤਾਂ ਉਹ ਸਾਰੇ ਇਹਨਾਂ ਕੀ ਬੜੀ ਖੂਬਸੂਰਤੀ ਨਾਲ ਜਾਣਦੇ ਨੇ ਔਰ ਇਹਨਾਂ ਨੇ ਇਹ ਜਿਹੜਾ ਮਸ਼ਹੂਰ ਸ਼ੇਰ ਹੋਇਆ ਵੈ ਮੈਂ ਰਾਜੇ ਹੋਰਾਂ ਦੀ ਨਜ਼ਰ ਦੋ ਕਲੀਆਂ ਮੈਂ ਵੀ ਸ਼ੁਰੂ ਕਰਾਂ ਤਾਂ ਜੇ ਇਹ ਵਲਾਗ ਵਿੱਚ ਯਾਦਗਿਰੀ ਰਹਿ ਜੇ ਮੈਂ ਰਾਜੇ ਹੋਰਾਂ ਨਾਲ ਬੇਚਦਾ ਇਹ ਦੋ ਕਲੀਆਂ ਇਹਨਾਂ ਨੇ ਨਜ਼ਰ ਕੀਤੀਆਂ ਸਨ ਰਾਏ ਦੀ ਇਜਾਜ਼ਤ ਹੈ ਇਹ ਫਰਮਾਇਸ਼ ਵੀ ਹੈ ਮਾੜੀ ਸਾਰੇ ਸ਼ੇਰ ਤੁਸੀਂ ਪੜ੍ਹਨੇ ਨੂੰ ਥਾਇਆ ਜਿਹੜਾ ਮੈਂ ਆਪ ਪੜ੍ਹ ਕੇ ਵਿਚਾਰ ਮਾਹੀ ਆਵੇ ਨਾ ਆਵੇ ਬੇ ਸ਼ੱਕ ਪਵੇ ਮਾਹੀ ਆਵੇ ਨਾ ਆਵੇ ਬੇ ਸ਼ੱਕ ਪਵੇ ਚਾਰੂ ਰਸਤੇ ਮਹਿਬੂਬ ਵਿੱਚ ਦੇਂਦਾ ਰਹੀ ਚਾਰੂ ਰਸਤੇ ਮਹਿਬੂਬ ਵਿੱਚ ਦੇਂਦਾ ਰੋ ਹੱਥੋਂ ਦਾਮਨ ਵਫਾ ਨਾ ਛੋੜਿਆ ਨਾ ਭਾਵੇਂ ਚਮੜੀ ਪ੍ਰੀਤ ਵਿੱਚ ਲੈ ਜਾਵੇ ਜੀ ਰਾਜੇ ਹੋਰ ਜਿਸ ਨੇ ਪੜ੍ਹਿਆ ਇਹਨਾਂ ਦਾ ਹੱਕ ਅਦਾ ਕੀਤਾ ਮੈਂ ਪਰ ਮੈਂ ਯਾਦਗਾਰ ਇਸ ਮੌਕੇ ਕੀ ਬਣਾਉਣੇ ਨੇ ਮਾਰੇ ਇਹਨਾਂ ਦੀ ਇਜਾਜ਼ਤ ਨਾਲ ਇਹ ਕੋਈ ਇੱਕ ਦੋ ਕਲੀਆਂ ਤੁਹਾਨੂੰ ਕੇ ਸਾਹਮਣੇ ਪੇਸ਼ ਕੀਤੀਆਂ ਹੁਣ ਮੈਂ ਅੱਗੇ ਮੈਂ ਰਾਜੇ ਸਾਹਿਬ ਵਾਲੇ ਪਾਸੇ ਜਾਣਾ ਪ੍ਰੋਗਰਾਮ ਸ਼ੁਰੂ ਹੋਣੇ ਕੀ ਚੰਦ ਘੜੀਆਂ ਰਹਿਣੀਆਂ ਮੈਂ ਸਪੈਸ਼ਲ ਰਿਕੁਐਸਟ ਕੀਤੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਰਾਜਾ ਫੀਜ਼ ਬਾਬਰ ਸਾਹਿਬ ਨਾਲ ਇਹਨਾਂ ਮੇਰੇ ਜਿਹੜੇ ਚੰਦ ਸਮਾਤ ਦਿੱਤੀਆਂ ਰਾਉਂਡੇ ਰੋਡੇ ਪਰ ਪ੍ਰੋਗਰਾਮ ਹੈ ਯਾਦ ਰੱਖਿਆ ਯਾਦਗਿਰੀ ਨੇ ਮਾਰਿਆ ਤਾਂ ਮੈਂ ਇਹਨਾਂ ਨਾਲ ਦੋ ਚਾਰ ਗੱਲਾਂ ਹੀ ਕਰਸਾਂ ਸ਼ਾਰਟ ਜੀਆਂ ਤਾਂ ਅਸਲਾਮ ਵਾਲੇਕੁਮ ਰਾਏ ਜੀ ਜੀ ਵਾਲੇਕੁਮ ਸਲਾਮ ਸਰ ਜੀ ਵੈਲਕਮ ਕਰ ਰਹੇ ਤੁਸੀਂ ਯੂਕੇ ਵਿੱਚ ਪਹਿਲੇ ਨਹੀਂ ਇਹ ਦੱਸੋ ਜਦੋਂ ਨੇ ਆਏ ਹੋ ਤੁਸੀਂ ਕਿੰਨੇ ਕੁ ਪ੍ਰੋਗਰਾਮ ਕਰੀ ਰਹੇ ਅੱਜ ਤੱਕ ਬਿਸਮਿਲ੍ਲਾ ਰਹਿਮਾਨ ਰਹਿਮ ਜੀ ਸ਼ੁਕਰੀਆ ਤੁਹਾਨੂੰ ਅਸੀਂ ਜਿਸ ਪ੍ਰਦੇਸ਼ ਚੈਨਲ ਆ ਗਏ ਨਾ ਤੁਸੀਂ ਵੀ ਆਪਣਾ ਕੀਮਤੀ ਟਾਈਮ ਕੱਢਿਆ ਸਵਾਲ ਜਿਹੜਾ ਤੁਸੀਂ ਕੀਤਾ ਉਹ ਮੈਨੂੰ ਹੁਣ ਕਰੈਕਟ ਫਿਗਰ ਤਾਂ ਯਾਦ ਨਹੀਂ ਚਲੋ ਤਕਰੀਬਨ ਵਾਰਲਮ ਰਿਸਰਚ ਨਾਲ ਸਟਾਈ ਚਾਹੀ ਸਟਾਈ ਚਾਹੀ ਪ੍ਰੋਗਰਾਮ ਅਸੀਂ ਅੱਜ ਅੱਛਾ ਅੱਛਾ ਮਾਸ਼ਾਅੱਲਾ ਅਲਹਮਦੁਲਿਲਾ ਤੇ ਕਿੰਨਾ ਟਾਈਮ ਹੋਇਆ ਆਇਆ ਹਾਂ ਦੋ ਮਹੀਨੇ ਹੋ ਗਏ ਦੋ ਤਰੇ ਮਹੀਨੇ ਜੀ ਹਾਂ ਅੱਛਾ ਵਾ ਦੋ ਮਹੀਨੇ ਅੱਛਾ ਅੱਛਾ ਮੈਂ ਦੱਸੋ ਤੁਸੀਂ ਹੁਣ ਕਿ ਰਿਸਪੌਂਸ ਜਿਹੜਾ ਇੱਥੇ ਕਰਾਊਡ ਨੂੰ ਆਉਣਾ ਰਹਿ ਜੀ ਜਿਹੜੇ ਅੱਗੇ ਲਿਸਨਰ ਸਮੇਨ ਉਹ ਪਾਕਿਸਤਾਨੀ ਨਿਸਬਤ ਤੁਸੀਂ ਕੀ ਜ਼ਿਆਦਾ ਪਿਆਰ ਮੁਹੱਬਤ ਦੇ ਰਹੇ ਨੇ ਜਾਂ ਪਾਕਿਸਤਾਨ ਹੀ ਜ਼ਿਆਦਾ ਅਲਹਮਦੁਲਿਲਾ ਜੀ ਮੈਂ ਸਭ ਤੋਂ ਪਹਿਲੇ ਤਾਂ ਅੱਲਾ ਕਰੀਮ ਦੀ ਬੜੀ ਕਰੀਮੀ ਹੈ ਦੂਆ ਜਿਹੜਾ ਤੁਸਾਂ ਸਵਾਲ ਆ ਉਹ ਆ ਕਿ ਮੈਂ ਦੋ ਤਰੇ ਦਫ਼ਾ ਗੱਲ ਅੱਗੇ ਕੀਤੀ ਜੀ ਕਿ ਅਲਹਮਦੁਲਿਲਾ ਅੱਲਾ ਦੀ ਮਿਹਰਬਾਨੀ ਨਾਲ ਮੈਂ ਸਮਝਦਾ ਕਿ ਇਹ ਰਿਸਪੌਂਸ ਕੀ ਜਿਹੜਾ ਉਹ ਅਲਹਮਦੁਲਿਲਾ ਹਰ ਜਗ੍ਹਾ ਮਿਲਦਾ ਮਾਸ਼ਾਅੱਲਾ ਉਹ ਪਾਕਿਸਤਾਨ ਹੋਵੇ ਕਸ਼ਮੀਰ ਹੋਵੇ ਜਾਂ ਆਊਟ ਕੰਟਰੀ ਜਿਹੜੀ ਕੋਈ ਹੋਵੇ ਉੱਥੇ ਇਤਨਾ ਕੁ ਰਿਸਪੌਂਸ ਲੱਭਣਾ ਕਿ ਅਸਾਂ ਇਸ ਨਕਾਬਲ ਨਾਲ ਅੱਲਾ ਦੀ ਕਰੀਮੀ ਹੈ ਦੋਸਤਾਂ ਦੀਆਂ ਮੁਹਾਫਤਾਂ ਹੀ ਚਾਹਣ ਵਾਲੀਆਂ ਦੀਆਂ ਸੁਣਨ ਵਾਲੀਆਂ ਦੀਆਂ ਸਮਝਣ ਵਾਲੀਆਂ ਇਸ ਸਟੇਜ ਨਾਲ ਮੁਹੱਬਤ ਕਰਨ ਵਾਲੇ ਜਿਹੜੇ ਲੋਕ ਹੈ ਜਿਨ੍ਹਾਂ ਲੋਕਾਂ ਇਸ ਸਟੇਜ ਇਸਦਾ ਮਿਹਨਤਾਂ ਕੀਤੀਆਂ ਮੁਹੱਬਤ ਨੇ ਬੜੇ ਪੈਗਾਮ ਦਿੱਤੇ ਇਹ ਸਟੇਜ ਹੈ ਮੁਹੱਬਤ ਨਾਲ ਪੈਗਾਮ ਦੇਣ ਵਾਲਾ ਤਾਂ ਅਲਹਮਦੁਲਿਲਾ ਮੁਹੱਬਤ ਕੀ ਸਮਝਣ ਵਾਲੀ ਮੁਹੱਬਤ ਨਾਲ ਦੁਨੀਆ ਨੇ ਜਿਹੜਾ ਨਾ ਨਿਜ਼ਾਮ ਆ ਜਿਹੜਾ ਅੱਲਾ ਦੀ ਕਾਇਨਾਤ ਨਾਲ
ये मोहब्बत और प्यार की वजह से चलना, क्योंकि अल्लाह पाक फरमाया कि मेरी जी धरती है इंतशार ना पड़ा। बिल्कुल बेशक बेशक इंतशार ना पड़ा, सब पीछे मोहब्बत रहे। बिल्कुल बिल्कुल मोहब्बत अल्लाह की कायनात का निज़ाम चलना। अलहमदुल्ला जी असं दुआ गोए हैं मोहब्बत के आबाद रहें देश ही चे या परदेश ही चे, लेकिन ये जरूर मैं गुजारिश करना हूँ अक्सर समाई न गया जिथे कि कोई असं मौका लगना जी साड़ी ना कर सकनी कि बेशक परदेशों में ही हो लेकिन अपने देशों की कदम नहीं बोलना। जबरदस्त जी इस जो जो राजे साहब जी गल की है जी बिल्कुल असं भी इे कुछ सोची है अपने चैनल ना देश टू प्रदेश रख्या हुआ है कि असं दो रंग दसने जल्द पाकिस्तान आने पाकिस्तान कवर करने इतना आने तो पाकिस्तानियों की इतने रंग दसने ठीक है। राजा हफीज बाबर साहब जी अगर अगर मैं गलत ना तो माड़ा माड़ी फीलिंग्स है मैं ही बच्चा जसा तो शेर खुआनी मैं भी चौधरी अकरम गुजर के सुन शुरू हो पर मैं दावे नाल आखना कि जेड़ा मकाम अज राजे हफीज बाबर होने पर है माड़ी दुआ है अल्लाह ने जात इन्हें कि और ऊंचाई पर खड़ा है चौधरी अकरम तो बाद अगर इस शेर खानी अगर कुसै बंदे ने ना इस लैवल पर है अज जिते राजे हफीज बाबर हो उत्थे मैं आना कि शायद कोई भी इस इंतहा पर पहुँचा हुआ। हूँ एक निका जहा क्वेश्चनेयर है जी वो अगर मैं एप्रीशिएट कर सर जवाब दे रो जिस शेर कलियाँ मैं पढ़िया तुसानी बूम पर खड़ने वाला इस शेर बिच अगर मैं रोंग ना तो ये शेर उन चंद शेरों में है जेड़ा तुसों बार बार तुसों की फरमाइश की जानी है माई आवे ना आवे बेशक पावे अगर तुसों को पूछा जाए कि अपने पसंदीदा तीन चार पांच शेर केड़े पढ़े तो उन्होंने चूस ना क्या नंबर दसो जी। अल्हम्दुलिल्लाह सब तो पहले तो गल जी पसंदीदा बात नहीं वो अल्लाह और उसने नबी ने सिर्फ तो सना थी ऊपर तक पसंदीदा गल बेशक बेशक ये जड़ी गजल है माड़े बड़े प्यारे ये जड़े शायर ये भी माड़े बहुत प्यारे हैं शायर हैं माड़ा इन्हें ला रहा तो सी रागी साहब कल सुई चीमिया रहने अल्लाह पाक ने शाद बात रखा है ते गल होना कि किसी जगह पर कोई भी चीज़ तुसा हो सकना दसा भी जगह पर अगर पेश की गई किसी जगह पर कोई चीज़ पीक उपर जानी सही कामरा शरीफ कोटली सत्यम दरबार पर एक महफल सी उतना स्टेडियम स्टेडियम की तरह माहौल होना जो ऑडियंस होने होने उतना जिसलै ये पढ़ा मैं वैसे पहले काफ़ी टाइम पढ़ना रहा लेकिन मैं समझना शायद वो अल्लाह की मखलूक बहुत खुश हुई जी उ शायद उस चीज़ बली ने दर पर आए से बली ना इन्हें भी रूह राजी हुई इस शेर के मुकाम का बाकी असा तो सिर्फ अपनी जबान लानी होनी कुत हस्तियां हाँ और यार ने दारे जड़े और अल्लाह की दात ही प्यारे है जो अल्लाह ने उन्होंने दरै पुलिस की मैं तो समझना कि जिसका चढ़ावा समझने मैं समझना कि ये चढ़ावा चढ़िया उम तो ये दसो इस गल सच्चाई है या नाड़े सुनने तक गल है कि इस ये शेर तुम एक जगह पढ़िया शायद कोई चकसुआरी एरिए कुदर है तो जिन्होंने जिन्होंने कोई शादी सी उन खुश हुई तो तुम कि कार गिफ्ट दी है इस गल सच्चाई है हजूर जे राजा नायक जोशी नाम कृपा चरा जिला इस्लामाबाद रहे अच्छा उस शेर को से सुनने होने वाले अच्छा। शेर उत्थू शुरू हुए राजा खुशहाल साहब ने फैमिली टेबल अच्छा अच्छा माशाल्लाह सही शेर को से सुनने होने सही दरबार में कोटली सत्य वादा किया उत्थे पहली दफा एक किसी बंद ने कि दसिया तो इन्ना गौर न सुनता सही तो ये लोग पसंद आई उस तो बाद बड़ी गुरबोती इस वेल भी अल्लाह को प्रसाद बात रखा है वो अक्सर एक गल भी बाने होने के माड़ा कोई कदम कोई आखा भाई कोई शेर सुना तो मिगी भी सिर्फ इे कह करिए ठीक है जी ये शेर सुनी गया तो उस तो बाद समझ गए कि साड़ी शेर फील अंदर सुनियर बनते अच्छा उन्होंने शेर सुनना शुरू किया लाइक करना शेर शुरू किया प्रोग्राम सा जो पंतकारी ने मुकाम जिसे उन्हें कार की अच्छा माशाल्लाह जी। राजा हफीज बाबर साहब जी कोयल ने खिताब पूरे आज़ाद कश्मीर में अगे मैं जिस दसों की दसी रहा कि जिस बंदे की भी कोई शेर हो शायरी नाल इस सुखन नाल थोड़ा बहुत लगाव है उन्होंने की तारफ कराने की कोई जरूरत नहीं ये उन्होंने चंद हस्तियों में चुन जी कि जिन्हों बहुत जल्दी अरूज पर गए अज रौंडे रोडे पर बंगलादेशी सेंटर में राजा हफीज बाबर साहब ब मुकाबला राजा इसरार साहब लाए भी हो गए भी हो ये व्लॉग एक्सक्लूसिवली ये तुम कल तक सो मैं राजा साहब की रिक्वेस्ट की है स्पेशल मैं बड़ा एप्रीशिएट करना इन्हें कि अपनी सैटिंग शैटिंग करी रहे सन ते सजीने शीने सब आए हुए जी सब तैयारी हो रही है अज तक सो तुम इन्हें कि लाइव
ਇਹ ਗੱਲਬਾਤ ਜਿਹੜੀ ਹੋਈ ਹੈ ਜੀ ਇਹ ਅਸਾਂ ਆਪਣੇ ਚੈਨਲ ਉੱਪਰ ਯਾਦਾਸ਼ਤ ਦੇ ਤੌਰ 'ਤੇ ਸਾਰੀ ਜ਼ਿੰਦਗੀ ਯਾਦ ਰਹੀ ਤਾਂ ਮੈਂ ਐਪਰੀਸ਼ੀਏਟ ਕਰਨਾ ਰਹਿ ਜੀ ਤੁਸਾਂ ਕੀ ਗੁੱਡ ਲੁੱਕ ਤੁਸਾਂ ਕੀ ਇੰਗਲੈਂਡ ਵਿੱਚ ਅਤੇ ਅੱਲਾਹ ਤੁਸਾਂ ਕੀ ਖਰੀਦ ਨਾਲ ਆਪਣੇ ਵਤਨ ਵਾਪਸ ਕਰਿਆ ਜ਼ਿੰਦਗੀ ਰਹੀ ਤਾਂ ਇਨਸ਼ਾ ਅੱਲਾਹ ਫਿਰ ਖੁਦਾ ਹਾਫਿਜ਼ ਖੁਦਾ ਹਾਫਿਜ਼ ਖੁਦਾ ਹਾਫਿਜ਼।